ਸ਼ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੂਬੇ ਦੇ ਵਿੱਚ ਦੇਰ ਰਾਤ ਮਾਨਸੂਨ ਦੀ ਪਹਿਲੀ ਭਾਰੀ ਬਾਰਿਸ਼ ਅੱਜ ਹਲਕੇ ਮੀਂਹ ਦੀ ਸੰਭਾਵਨਾ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦੀ ਪਤਾ ਖਬਰ ਦਾ ਪਤਾ ਲੱਗ ਜਾਏਗਾ ਸੋ ਪੂਰੀ ਖਬਰ ਦੀ ਇਨਫੋਰਮੇਸ਼ਨ ਮਿਲ ਜੇਗੀ ਜਾਣਕਾਰੀ ਮਿਲ ਜੇਗੀ ਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪਾਰੀ ਮਾਨਸੂਨ ਦੀ بارش ਲਈ ਸ਼ਹਿਰ ਨੂੰ ਇੱਕ ਹਫ਼ਤਾ ਇੰਤਜ਼ਾਰ ਕਰਨਾ ਪਿਆ ਐਤਵਾਰ ਨੂੰ ਕਰੀਬ 11 ਵਜੇ ਸ਼ਹਿਰ ਦੇ ਵਿੱਚ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ ਸਾਰੀ ਰਾਤ ਰੁਕ ਰੁਕ ਕੇ ਮੀਂਹ ਪਿਆ ਮੌਸਮ ਅਨੁਸਾਰ ਅਗਲੇ 48 ਘੰਟਿਆਂ ਤੱਕ ਸੂਬੇ ਪੰਜਾਬ ਦੇ ਵੱਖ-ਵੱਖ ਸ਼ਹਿਰ ਜਿਵੇਂ ਜਲੰਧਰ ਲੁਧਿਆਣਾ ਆਦ ਸ਼ਹਿਰਾਂ ਦੇ ਵਿੱਚ ਬੱਦਲਵਾਈ ਤੇ ਬੱਦਲ ਛਾਏ ਰਹਿਣਗੇ ਕਈ ਥਾਵਾਂ ਤੇ ਗਰਜ ਨਾਲ بارش ਹੋ ਸਕਦੀ ਹੈ ਪੰਜਾਬ ਵਿੱਚ ਮਾਨਸੂਨ ਲਾਈਨ ਅੰਮ੍ਰਿਤਸਰ ਪਹੁੰਚ ਗਈ ਸੀ ਇਸ ਤੋਂ ਬਾਅਦ ਮੀਂਹ ਸਿਰਫ ਜਲੰਧਰ ਦੇ ਵਿੱਚ ਬਰੀਕ ਬੂੰਦਾਬاندی ਤੱਕ ਸੀਮਿਤ ਰਿਹਾ ਦੋਸਤੋ ਜੇਕਰ ਗੱਲ ਕਰੀਏ ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਮਾਨਸੂਨ ਦੀ ਦਾਖਲਾ ਇਸ ਵਾਰ ਸ਼ੁਰੂ ਵਿੱਚ ਹੋਇਆ ਸੀ ਪਰ ਉਸ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਗਿਆ ਮਾਨਸੂਨ ਹੋਣ ਫਿਰ ਸਰਗਰਮ ਹੈ ਸ਼ਹਿਰ ਦਾ ਸਮੁੱਚਾ ਤਾਪਮਾਨ 38 ਡਿਗਰੀ ਰਿਹਾ ਅਗਲੇ 2 ਦਿਨਾਂ ਬਾਅਦ ਮੌਸਮ ਪੂਰੇ ਹਫ਼ਤੇ ਸੁੱਕਾ ਰਹਿਣ ਦੀ ਸੰਭਾਵਨਾ ਹੈ ਤਾਪਮਾਨ ਵਧੇਗਾ ਬਹੁਤ ਸਾਰੇ ਮਾਨਸੂਨ ਝੋਨੇ ਦੇ ਉਤਪਾਦਨ ਨੂੰ ਲਾਭ ਦੇਣਗੇ 27 ਜੂਨ ਦੇ ਵਿੱਚ 78 ਮਿਲੀਮੀਟਰ بارش ਜਿਹੜੀ ਹੁਣ ਤੱਕ ਰਿਕਾਰਡ ਕੀਤੀ ਜਾ ਚੁੱਕੀ ਇਸ ਤੋਂ ਬਾਅਦ ਜਲੰਧਰ ਕਪੂਰਥਲਾ ਵਿੱਚ 74 ਮਿਲੀਮੀਟਰ ਲੁਧਿਆਣਾ ਤੀਜੇ ਨੰਬਰ ਤੇ ਜਿੱਥੇ 60 ਮਿਲੀਲੀਟਰ ਮਿਲੀਮੀਟਰ ਦੇ ਨਾਲ ਜਿਹੜੀ بارش ਨੋਟ ਕੀਤੀ ਗਈ ਆ ਪਿਛਲੇ ਸਾਲ 20 ਜੂਨ ਗਰਮ ਅਤੇ ਖੁਸ਼ਕ ਸੀ ਇਸ ਵਾਰ ਅੱਧੀ ਰਾਤ ਦੇ ਆਸ-ਪਾਸ ਮਾਨਸੂਨ ਨੇ ਕਈ ਥਾਵਾਂ ਤੇ ਆਪਣਾ ਜਿਹੜਾ ਰੂਪ ਦਿਖਾ ਦਿੱਤਾ ਕਈ ਥਾਵਾਂ ਤੇ ਰਾਤਾਂ ਨੂੰ ਠਾਰ ਦਿੱਤਾ ਖੇਤੀਬਾੜੀ ਵਿਭਾਗ ਦੇ ਮਾਹਰ ਡਾਕਟਰ ਨਰੇਸ਼ ਕੁਮਾਰ ਗੁਲਾਟੀ ਦਾ ਕਹਿਣਾ ਹੈ ਕਿ ਤਾਜ਼ੇ ਮਾਨਸੂਨ ਬਾਹਰ ਚ ਝੋਨੇ ਦੇ ਖੇਤਾਂ ਲਈ ਅੰਮ੍ਰਿਤ ਵਰਗਾ ਅੱਜਕੱਲ੍ਹ ਖੇਤਾਂ ਦੇ ਵਿੱਚ ਮੱਕੀ ਦੀ ਕਟਾਈ ਚੱਲ ਰਹੀ ਹੈ ਝੋਨੇ ਦੀ ਬਜਾਈ ਕੀਤੀ ਜਾ ਰਹੀ ਹੈ ਤੇ ਝੋਨੇ ਦੀ ਬਜਾਈ ਲਈ ਖੇਤ ਪਾਣੀ ਦੇ ਨਾਲ ਭਰੇ ਹੋਏ ਹਨ ਤੇ ਮਾਨਸੂਨ ਸ਼ਵ